ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ। ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਰੋਕਣ ਲਈ ਜਿੱਥੇ ਭਾਰਤ ਸਰਕਾਰ ਵੱਲੋਂ ਪੂਰੇ ਭਾਰਤ ਅੰਦਰ ਲੌਕਡਾਊਨ ਕੀਤਾ ਗਿਆ ਹੈ, ਉੱਥੇ ਹੀ ਪੰਜਾਬ ਦੀ ਸੂਬਾ ਸਰਕਾਰ ਵੱਲੋਂ ਵੀ ਲੌਕਡਾਊਨ ਦੇ ਦੂਜੇ ਦਿਨ ਵੀ ਪੱਟੀ, ਭਿੱਖੀਵਿੰਡ ਆਦਿ ਇਲਾਕਿਆਂ ਦੇ ਵਿੱਚ ਪੰਜਾਬ ਪੁਲਿਸ ਦਾ ਭਾਰੀ ਕਰਫਿਊ ਲੱਗਾ ਰਿਹਾ। ਇਸ ਕਰਫਿਊ ਦੌਰਾਨ ਜ਼ਿਲ੍ਹਾ ਤਰਨ ਤਾਰਨ ਦੇ SSP ਧਰੁਵ ਦਹੀਆ ਵੱਲੋਂ ਪੱਟੀ ਸ਼ਹਿਰ ਵਿਖੇ ਫਲੈਗ ਮਾਰਚ ਕਰਕੇ ਲੋਕਾਂ ਨੂੰ ਅਵੇਅਰ ਕੀਤਾ ਗਿਆ ਕਿ ਉਹ ਆਪੇ ਆਪਣੇ ਘਰਾਂ ਵਿੱਚੋਂ ਬਾਹਰ ਨਾ ਨਿਕਲਣ ਤਾਂ ਜੋ ਇਸ ਬਿਮਾਰੀ ਤੇ ਸਰਕਾਰ ਵੱਲੋਂ ਕੰਟਰੋਲ ਪਾਇਆ ਜਾ ਸਕੇ। ਇਸ ਉਪਰੰਤ ਵੇਖਣ ਵਿੱਚ ਇਹ ਆਇਆ ਕਿ ਪੱਟੀ ਸ਼ਹਿਰ ਵਿੱਚ ਕਈ ਦੁਕਾਨਾਂ ਖੁੱਲ੍ਹੀਆਂ ਵੇਖਣ ਨੂੰ ਮਿਲੀਆਂ ਅਤੇ ਲੋਕ ਵੀ ਆਮ ਤੌਰ 'ਤੇ ਸੜਕਾਂ 'ਤੇ ਦਿਖਾਈ ਦਿੱਤੇ, ਜਿਨ੍ਹਾਂ 'ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਆ ਕੇ ਕਾਬੂ ਪਾਇਆ। ਕੀ ਚੱਕਰ ਹੈਗੀ? ਹਾਂਜੀ, ਕੀ ਗੱਲ ਹੈਗੀ? ਅੱਜ ਜਿਹੜਾ ਇਹ ਭਾਰਤ ਬੰਦ ਦਾ ਜਿਹੜਾ ਸੱਦਾ ਸੀ ਸਿਰਫ ਕੋਰੋਨਾ ਵਾਇਰਸ ਨੂੰ ਲੈ ਕੇ, ਕੀ ਗੱਲ? ਆਪਾਂ ਲੋਕਾਂ ਨੂੰ ਡਰ ਨਹੀਂ ਲੱਗਦਾ ਜੀ ਇਹ ਬਿਮਾਰੀ? ਡਰ ਤਾਂ ਬਹੁਤ ਲੱਗਦਾ, ਕਾਰੋਬਾਰ ਵੀ ਕਰਨਾ, ਭੁੱਖੇ ਥੋੜ੍ਹਾ ਮਰਨਾ। ਕਾਰੋਬਾਰ ਤਾਂ ਚਲੋ ਆਪਦੇ ਬੱਚਿਆਂ ਦੇ ਨਾਲ ਹੀ ਕਾਰੋਬਾਰ। ਹਾਂਜੀ, ਅਤੇ ਆਪਾਂ ਬੱਚਿਆਂ ਨੂੰ ਵੀ ਨਗੋਰ ਕਰਕੇ ਇਹ ਕੰਮ ਆਪਾਂ ਜਾਂਦੇ ਹਾਂ। ਦਿਹਾੜੀਦਾਰ ਬੰਦੇ ਹੋਈ ਸਰ, ਕੀ ਕਰੀਏ, ਕਿੱਥੋਂ ਖਾਈਏ? ਨਾ ਮਰ ਜਾਂਗੇ ਜੀ ਤਾਂ ਫਿਰ ਕਿੱਥੋਂ ਖਾਵਾਂਗੇ? ਕਿੱਥੇ ਜਾ ਰਹੇ? ਦਿਹਾੜੀ ਦੱਬੇ ਦਾ ਕਰਦੇ? ਹਾਂਜੀ ਭਾਈ, ਨਿਸ਼ਾਨ ਸਿੰਘ ਹੈ ਜੀ। ਕੀ ਕਰਨਾ ਜੀ ਅੱਜ ਜਿਹੜਾ 31 ਮਾਰਚ ਤੱਕ ਤਾਂ ਬੰਦ ਦਾ ਐਲਾਨ ਕੀਤਾ ਗਿਆ, ਪਰ ਵੇਖਣ ਦੇ ਹੈਗਾ ਇੱਥੇ ਪਬਲਿਕ ਸਾਰੀ ਇਕੱਠੀ ਹੋਈ ਪਈ ਪੁਲਿਸ ਸਾਹਮਣੇ। ਸਰ, ਪਬਲਿਕ ਨੂੰ ਆਉਣ ਜਾਣ 'ਚ ਬੜੀ ਤੰਗੀ ਹੈ ਜੀ, ਕਿਸੇ ਨੇ ਆਪਦੇ ਘਰੇ ਜਾਣਾ, ਉੱਥੇ ਘਰ ਨਹੀਂ ਜਾਣ ਦੇ ਦਿੰਦਾ, ਬਾਕੀ ਤਾਂ ਗੱਲਾਂ ਦੂਰ ਦੀਆਂ, ਘਰੇ ਤਾਂ ਜਾਣਦੇ। ਮੁਕੰਮਲ ਬੰਦ ਕੀਤਾ, ਨਾ ਕੋਈ ਬਾਹਰ ਜਾ ਸਕਦਾ ਕੀਤਾ ਹੋਇਆ। ਇਹ ਦੁੱਧ ਤਾਂ ਉਹਨਾਂ ਨੇ ਦੁੱਧ ਦੀਆਂ ਸੇਵਾਵਾਂ ਚਾਲੂ ਰੱਖੀਆਂ ਅਤੇ ਦੁੱਧ ਦੀਆਂ ਗੱਡੀਆਂ ਨਹੀਂ ਲੰਘਣ ਦੇ ਦਿੰਦਾ। ਕੁਛ ਨਾ ਕੁਛ ਤਾਂ ਸਾਡੇ ਲਈ ਸਾਡੇ ਨਾਲ ਸਹਿਯੋਗ ਕਰਨ, ਅਸੀਂ ਵੀ ਤਾਂ ਆਪਦਾ ਰੋਟੀ ਪਾਣੀ ਦਾ ਕੁਝ ਕਰਨਾ। ਅਸੀਂ ਦਿਹਾੜੀਦਾਰ ਬੰਦੇ ਹਾਂ, ਕੋਈ ਨਾ ਕੋਈ ਸਾਡਾ 'ਚ ਕੋਈ 4 ਪੈਸੇ ਆਉਣਗੇ ਤਾਂ ਬੱਚਿਆਂ ਨੂੰ ਖਵਾਵਾਂਗੇ, ਨਹੀਂ ਤਾਂ ਬੱਚੇ ਭੁੱਖੇ ਮਾਰ ਦਾਂਗੇ। ਗੱਡੀ ਦੁੱਧ ਵਾਲੀ ਹੈ ਤੁਹਾਡੀ? ਜੀ ਜੀ। ਕਿੰਨਾ ਦੁੱਧ ਹੈ ਗੱਡੀ ਦੇ ਵਿੱਚ? ਸਰ, ਉਹ 'ਚ ਹੈਗਾ 5-6 ਹਜ਼ਾਰ ਲੀਟਰ। ਅੱਛਾ, ਇਹ ਕੀ ਗੱਲ, ਪੁਲਿਸ ਲੰਘਣ ਨਹੀਂ ਦੇਣ ਦੀ? ਹਾਂ, ਪੁਲਿਸ ਨਹੀਂ ਲੰਘਣ ਦੇਣ ਦੀ ਜੀ। ਕੀ ਮੰਗ ਕਰਦੇ ਪ੍ਰਸ਼ਾਸਨ ਨੂੰ? ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜਿਹੜੀਆਂ ਦੁੱਧ ਦੀਆਂ ਸੇਵਾਵਾਂ ਹੈ ਉਹ ਚਾਲੂ ਰੱਖੀਆਂ ਅਤੇ ਉਹ ਸਾਡੇ ਨਾਲ ਸਹਿਯੋਗ ਕਰਨ, ਅਸੀਂ ਉਹਨਾਂ ਨਾਲ ਕਰਦੇ। ਅਸੀਂ ਉਹਨਾਂ ਨੂੰ ਕਿਹਾ ਚਿੱਲਰ ਕਰ ਲੈਂਦੋ, ਦੁੱਧ ਠੰਡਾ ਕਰ ਲੈਂਦੋ, ਫਿਰ ਅਸੀਂ ਰਾਤ ਨੂੰ ਕੱਢ ਲਾਂਗੇ ਗੱਡੀ। ਉਹ ਚਿੱਲਰ ਨਹੀਂ ਕਰਨ ਦੇ ਦਿੰਦੇ ਦੁੱਧ, ਕਿਸੇ ਪੀਣਾ ਇਹ 100 ਗੱਲ ਹੈ ਕੋਈ ਬਾਤ, ਇਹਦੇ ਹੁਣੇ ਦੁੱਧ ਫੁੱਟ ਜਾਣਾ ਵੇਚ ਹੀ ਗੱਡੀਆਂ ਦੇ, ਦੁੱਧ ਗਰਮ ਦੁੱਧ ਨੇ। ਪਰ ਬਿਮਾਰੀ ਵੀ ਬੜੀ ਭਿਆਨਕ ਹੈ ਨਾ, ਜੇ ਫੈਲਦੀ ਹੈ ਤਾਂ ਇਹਦਾ ਨੁਕਸਾਨ। ਸਰ, ਭਿਆਨਕ ਬਿਮਾਰੀ ਜ਼ਰੂਰ ਆ, ਜਾਂ ਫਿਰ ਬਿਲਕੁਲ ਲਾਕਡਾਊਨ ਕਰ ਦੇਣ, ਅਸੀਂ ਵੀ ਨਾ ਕਿਲੋ ਦੁੱਧ। ਬਿਲਕੁਲ ਹੀ ਲਾਕਡਾਊਨ ਆ ਜੀ? ਨਹੀਂ ਸਰ, ਦੁੱਧ ਦੀਆਂ ਸੇਵਾਵਾਂ, ਮੈਡੀਕਲ ਸਾਰੇ ਬੰਦ ਕਰ ਦੇ, ਕੁਝ ਟਾਈਮ ਹੈ ਫਿਰ ਪਤਾ ਲੱਗੇ। ਇਹ 7 ਤੋਂ 9 ਵਜੇ ਤੱਕ ਦਾ ਟਾਈਮ ਦਿੱਤਾ ਗਿਆ ਦੁੱਧ ਦੀਆਂ ਸੇਵਾਵਾਂ। ਆਹ ਵੇਖੋ, ਵੇਰ ਕਰੀਆਂ ਗੱਡੀਆਂ ਲੰਘ, ਉਹਨੂੰ ਨਹੀਂ ਕੋਈ ਡੱਕਦਾ, ਇਹ ਪ੍ਰਾਈਵੇਟ ਕਿਉਂ ਡੱਕਦਾ ਹੈ? ਆਪਣੇ ਸਬ ਡਿਵੀਜ਼ਨਾਂ ਦੇ ਵਿੱਚ ਪੱਟੀ, ਭਿੱਖੀਵਿੰਡ, ਸਿੱਖੀ ਤਰਨ ਤਾਰਨ, ਗੋਇੰਦਵਾਲ ਸਾਹਿਬ ਸਾਰੇ ਪਾਸੇ ਫਲੈਗ ਮਾਰਚਿਸ ਵੀ ਕਰਵਾਈ ਜਾ ਰਹੀ ਹੈ। ਸਾਰੇ ਆਫਿਸਰਸ ਵੀ ਬਾਹਰ ਹੈਗੇ ਅਤੇ ਹੁਣ ਅਸੀਂ ਵੀ ਇੱਥੇ ਪੱਟੀ ਇਲਾਕੇ 'ਚ ਫਲੈਗ ਮਾਰਚ ਕੀਤੀ ਹੈ ਸਿਟੀ ਪੱਟੀ ਦੇ ਵਿੱਚ। ਮੇਰੇ ਨਾਲ DSC ਪੱਟੀ, SHO ਸਿਟੀ ਪੱਟੀ, ਸਿਵਰ ਪੱਟੀ ਵੀ ਹੈਗੇ ਪੂਰੀ ਫੋਰਸ। ਅਤੇ ਕਰਫਿਊ ਜਿਹੜਾ ਤਰਨ ਤਾਰਨ ਪੁਲਿਸ ਵੱਲੋਂ ਸਖਤੀ ਨਾਲ ਉਸਦੀ ਇੰਪਲੀਮੈਂਟੇਸ਼ਨ ਕਰਵਾਈ ਜਾ ਰਹੀ ਹੈ। ਕੁਝ ਲੋਕਾਂ ਵੱਲੋਂ ਸਰ ਜਿਹੜਾ ਫਿਊ ਧਿਆਨ ਦੇ ਵਿੱਚ ਰੱਖਦੇ ਹੋਇਆ ਜਿਹੜਾ ਉਹ ਬਾਹਰ ਉੱਦਾਂ ਹੀ ਤੁਰੇ ਫਿਰ ਰਹੇ ਆ, ਉਹਨਾਂ 'ਤੇ ਕੀ ਕਾਰਵਾਈ ਕੀਤੀ ਜਾ ਰਹੀ? ਮੇਰੇ ਵੱਲੋਂ ਜੀ ਬਿਲਕੁਲ ਸਖਤ ਹਿਦਾਇਤ ਹੈ ਸਾਰੇ ਅਫਸਰਾਂ ਨੂੰ ਵੀ, ਕੋਈ ਵੀ ਬੰਦਾ ਕਰਫਿਊ ਦੀ ਉਲੰਘਣਾ ਕਰਦਾ ਤਾਂ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਡੀ ਐੱਸ ਪੀ ਸਾਹਿਬ ਵੱਲੋਂ ਵੀ ਪਰਮਿਸ਼ਨ,
ਸਾਡੇ ਵੱਲੋਂ ਜੀ ਪੂਰਾ ਕਰਫਿਊ ਮੇਨਟੇਨ ਕੀਤਾ ਜਾ ਰਿਹਾ ਹੈ। ਉਹ ਜਿਹੜੇ ਮਸਲੇ ਹੈਗੇ ਉਹ ਡਿਪਟੀ ਕਮਿਸ਼ਨਰ ਸਾਹਿਬ ਉਹਨਾਂ ਤੋਂ ਕਰ ਸਕਦੇ ਹੈ ਕਲੈਰੀਫਿਕੇਸ਼ਨ। ਬਾਕੀ ਵੈਸੇ ਸਾਡੇ ਵੱਲੋਂ ਪੂਰੀ ਸਖਤੀ ਹੈਗੀ, ਔਰ ਕੋਈ ਬੰਦਾ ਬਾਹਰ ਵੀ ਕੋਈ ਘੁੰਮਾ ਕੋਈ ਦਿਖਾਈ ਦਿੱਤਾ ਜਾਂਦਾ ਹੈ ਤਾਂ FIR ਦਰਜ ਕੀਤੀ। ਕੀ ਸੰਦੇਸ਼ ਦੇਣਾ ਚਾਹੋਗੇ ਸਰ ਲੋਕਾਂ ਨੂੰ? ਅਸੀਂ ਇਹੀ ਕਹਾਂਗੇ ਜੀ ਕਿ ਕਰਫਿਊ ਦੀ ਜਿਹੜੀ ਹੈ ਪ੍ਰੋਪਰ ਪਾਲਣਾ ਕੀਤੀ ਜਾਵੇ, ਔਰ ਲੋਕ ਆਪਣਾ ਧਿਆਨ ਰੱਖਣ, ਔਰ ਉਸ ਤੋਂ ਇਲਾਵਾ ਆਪਣੇ ਸਾਰੇ ਸੇਫਟੀ ਔਰ ਹੈਲਥ ਪ੍ਰੀਕੋਸ਼ਨ ਲੋਕ ਇਸਤੇਮਾਲ ਕਰਨ। ਠੀਕ ਹੈ ਸਰ। ਸਬਸਕ੍ਰਾਈਬ ਕਰੋ ਲੀਡਰ ਆਵਾਜ਼ TV ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।